ਤਨਹਨ 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 ਪਰਮ ਪੂਰੀ ਦੇ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤਨਹਨ ਔਂਕੜ ਸਿਹਾਰੀ ਬੋਲਣ ਦੀ ਲੋੜ ਨਾ ਹੁੰਦੀ ਤਾਂ ਗੁਰੂ ਸਾਹਿਬ ਜੀ ਸਿੱਧਾ ਹੀ ਲਿਖ ਦਿੰਦੇ ਗੁਰਬਾਣੀ ਜੀ ਦੀ ਵਿਸ਼ੇਸ਼ਤਾ ਕੀ ਹੋਈ ਜਦੋਂ ਆਪ ਜੀ ਸਿਹਾਰੀ ਲਗੂ ਲਾ ਕੇ ਹਹਾ ਮੋਤਹ ਅਰਾਰੇ ਸਿਆਰੀ ਅਰੇ ਹਾਰੇ ਬੋਲੋਂਗੇ ਪਾਪ ਹਰਸਾਂ ਸਿਆਰੀ ਲਾਵੋਂਗੇ ਜਿਹੜਾ ਸਿਆਰੀ ਨਹੀਂ ਲਾਉਂਦਾ ਉਹ ਕਹੇਗਾ ਤੁਸੀਂ ਲਾ ਲਉਂਦੇ ਹੋ ਉਸ ਨੂੰ ਪੂਰਨ ਗਰੀਬੀ ਸਹਿਤ ਹਰੇ ਲਾ ਦੀਗ ਲੰਬੀ ਬੋਲ ਕੇ ਸਿਹਾਰੀ ਲਗੂ ਹਾਰੇ ਛੋਟੀ ਬੋਲ ਕੇ ਦੋਹਾਂ ਦਾ ਫਰਕ ਸੁਣਾਓ ਲਗੂ ਦੀਰਘ ਦਾ ਬਹੁਤ ਫਰਕ ਹੈ ਜੀ ਜਦੋਂ ਆਪ ਜੀ ਔਂਕੜ ਲਗੂ ਲਾ ਕੇ ਸਲੋ ਕੋ ਦੇਖ ਕੇ ਨੂੰ ਔਂਕੜ ਬੋਲੋਗੇ ਪਾਵ ਹਰਥਾ ਔਂਕੜ ਲਾਵੋਗੇ ਜਿਹੜਾ ਔਂਕੜ ਨਹੀਂ ਲਾਉਂਦਾ ਉਹ ਕਹੇਗਾ ਜੇ ਤੁਸੀਂ ਓੜਾ ਲਾਉਂਦੇ ਹੋ ਉਸ ਨੂੰ ਪੂਰਨ ਗਰੀਬੀ ਸਹਿਤ ਹੋੜਾ ਦੀਰਘ ਲੰਬਾ ਬੋਲ ਕੇ ਔਕੜ ਲਗੂ ਛੋਟਾ ਬੋਲ ਕੇ ਦੋਹਾਂ ਦਾ ਫਰਕ ਸੁਣਾਓ ਲਗੂ ਦੀਰਘ ਦਾ ਬਹੁਤ ਹੀ ਫਰਕ ਹੈ ਜਿਹੜਾ ਪ੍ਰੇਮੀ ਪੂਰੀਆਂ ਲਗਾ ਨਹੀਂ ਲਾਉਂਦਾ ਉਸ ਦੀਆਂ ਢੇਰ ਗਲਤੀਆਂ ਹੀ ਗਲਤੀਆਂ ਹੁੰਦੀਆਂ ਹਨ ਉਸ ਦੀ ਮੁਹਾਰਨੀ ਕੱਚੀ ਹੈ ਸੰਤਾ ਮਿਹਨਤ ਨਹੀਂ ਕੀਤੀ ਆਪ ਜੀ ਦੇ ਕੀਤੇ ਸ਼ੁੱਧ ਚਰਨ ਨੂੰ ਟੋਕ ਖਿਜ ਰਿਹਾ ਹੈ ਘਬਰਾਉਣਾ ਲੜਨਾ ਨਹੀਂ ਸ਼ੁੱਧ ਚਰਨ ਤੋਂ ਡੋਲਣਾ ਨਹੀਂ ਗਲ ਚਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਗਲਤ ਚਰਨ ਵਾਲੇ ਸੱਜਣ ਮੀਤ ਯਾਰੇ ਜੀ ਨੂੰ ਸ਼ੁੱਧ ਚਰਨ ਦੇ ਲਾਹੇ ਹੀ ਲਾਹੇ ਪੁੱਛੋ ਤਾਂ ਦਰਸ ਨਹੀਂ ਸਕੇਗਾ ਕਿਉਂਕਿ ਉਸਨੇ ਸੁੱਧ ਚਰਨ ਦਾ ਪਰਮਨੰਦ ਲਾਹਾ ਨਹੀਂ ਲਿਆ ਸੁੱਧ ਚਰਨ ਦੇ ਲਾਹੇ ਰਸ ਅੰਮ੍ਰਿਤ ਬ੍ਰਹਮਨੰਦ ਨੂੰ ਉਹੀ ਪ੍ਰੇਮੀ ਗੁਰਸੇਵਕ ਜੀ ਲੈ ਸਕਦੇ ਹਨ ਜਿਸ ਨੂੰ ਪੂਰਨ ਗੁਰੂ ਜੀ ਮਹਾਨ ਕਿਰਪਾ ਕਰਕੇ ਸੁੱਧ ਚਰਨ ਆਪ ਬਖਸ਼ਦੇ ਹਨ ਜਿਥਾ ਦਾਤਾ ਦਾਤੇ ਰਖੀ ਹੱਥੇ ਆਪਣੈ ਜੇ ਸੋ ਭਾਵੈ ਤੇ ਸੋ ਦੇਈ ਨਾਨਕ ਨਾਮੇ ਰਤੇ ਸੁਖੋ ਪਾਇਆ ਦਰਗਹ ਜਪਹਿ ਸਈ ਪੰਜਾਬੀ ਪਾਣ ਅਤੇ ਗੁਰਮੁਖੀ ਸੰਥਾ ਉਚਾਰਨ ਦਾ ਬਹੁਤ ਹੀ ਫਰਕ ਹੈ ਪੂਰਨ ਗੁਰੂ ਜੀ ਦੇ ਧਰਮ ਚ ਸੁੱਧ ਚੜਨ ਦਾ ਵਿਸ਼ੇਸ਼ ਵਧਾ ਹੈ ਆਪਣੇ ਅੰਦਰ ਗੁਰ ਸ਼ਬਦ ਗੁਰ ਸ਼ਬਦ ਦਾ ਅਰਥ ਤੱਕਣ ਲਈ ਦਿਲ ਦਿਮਾਗ ਚ ਗੁਰ ਸ਼ਬਦ ਨੂੰ ਜਮਾ ਕਰਨ ਲਈ ਸੁੱਧ ਚਾਰਨ ਬਹੁਤ ਹੀ ਜ਼ਰੂਰੀ ਹੈ ਜੀ ਸੁੱਧ ਚਾਰਨ ਕਰਨ ਵੇਲੇ ਹੀ ਕੋਟਾਨ ਕੋਟ ਆਨੰਦ ਪ੍ਰਾਪਤ ਹੁੰਦੇ ਹਨ ਗੁਰ ਬਾਣੀ ਜੀ ਚ ਲੀਨਤਾ ਵਹਿਰੂ ਜੀ ਚ ਲੀਨਤਾ ਹੈ ਗੁਰਬਾਣੀ ਜੀ ਦੀ ਤੌਨ ਹਰ ਵੇਲੇ ਸੁਣ ਨਾਲ ਵਹਿਰੂ ਜੀ ਦਰਸ਼ਨ ਪ੍ਰਾਪਤ ਹੁੰਦੇ ਹਨ To learn more please visit gurseva.com